ਅੱਜ 18 ਅਪ੍ਰੈਲ ਦਿਨ ਹੈਗਾ ਜੀ, ਮੰਗਲਵਾਰ। ਅਤੇ ਆਪਾਂ ਇਸ ਹੋਟਲ 'ਚ ਰੁਕੇ ਸੀਗੇ ਮਹਾਰਾਸ਼ਟਰ ਦੇ ਵਿੱਚ, ਅਤੇ ਹੁਣ ਇੱਥੋਂ ਆਪਾਂ ਜਾ ਰਹੇ ਇਸ ਹੋਟਲ ਤੋਂ ਅਗਲੇ ਕਿਸੇ ਸ਼ਹਿਰ ਦੇ ਵਿੱਚ ਜਾਣਾ। ਇੱਥੋਂ ਮਤਲਬ ਦੂਰ ਹੈ, ਕੋਈ 100-150 ਕਿਲੋਮੀਟਰ ਦੂਰ ਹੈ, ਅਤੇ ਇਸ ਕਰਕੇ ਇਹ ਹੋਟਲ ਅਸੀਂ ਛੱਡ ਰਹੇ ਹਾਂ। ਲਾਈਟਸ ਕੈਮਰਾ ਐਕਸ਼ਨ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਅਦਾਬ, ਤੁਸੀਂ ਕਿੱਦਾਂ ਹੋ ਜਨਾਬ? ਆਈ ਹੋਪ ਸਭ ਲੋਕ ਠੀਕ ਹੋਵੋਗੇ। ਮੈਂ ਵੀ ਪੂਰੀ ਚੜ੍ਹਦੀ ਕਲਾ 'ਚ ਹਾਂ। ਅਤੇ ਕਹਾਂ ਜਾ ਰਹੇ ਆਪਾਂ? ਅੰਬੜਾ ਇਹ ਪਿੰਡ ਦਾ ਨਾਂ ਨਹੀਂ ਪਤਾ, ਕਿਸੇ ਪਿੰਡ 'ਚ ਜਾ ਰਹੇ ਆਪਾਂ। ਅਤੇ ਨਾਲ ਨਾਲ ਬਣੇ ਰਹੋ ਅਤੇ ਵਿਹਦੇ ਰਹੋ, ਅਸੀਂ ਕੀ ਕਰਦੇ ਹਾਂ। ਨਾਸ਼ਤਾ ਆਪਾਂ ਕਰ ਰਿਹਾ ਜੀ ਸਵੇਰੇ ਸਵੇਰੇ। ਨਾਸ਼ਤਾ ਕੋਈ ਇੰਨਾ ਖਾਸ ਨਹੀਂ ਮਿਲਦਾ, ਲੇਕਿਨ ਹੁਣੇ ਖਾਧਾ ਆਪਾਂ ਢੋਕਲਾ, ਵਧੀਆ ਵਾ। ਅਤੇ ਵੜਾ ਪਾਓ, ਸਾਰਿਆਂ ਨੂੰ ਪਤਾ ਨਾ ਮੁੰਬਈ ਦਾ ਵੜਾ ਪਾਓ, ਲੇਕਿਨ ਆਹ ਬੰਦਾ ਪਿਆ ਜੀ ਪਾਓ ਵੜਾ। ਪਾਓ ਵੜਾ ਕੀ ਹੁੰਦਾ ਕਿ ਬੜੇ ਨੂੰ ਫਰਾਈ ਕਰ ਦਿੰਦੇ, ਉਹਨੂੰ ਪਾਓ ਨੂੰ ਫਰਾਈ ਕਰ ਦਿੰਦੇ, ਅਤੇ ਪਾਓ ਵੜਾ। ਬੜਾ ਪਾਓ ਉੱਧਰ ਵੀ ਹੈਗਾ। ਹੁਣ ਆਪਾਂ ਪੀਂਦੇ ਹਾਂ ਚਾਹ। ਬਿਨਾਂ ਚੀਨੀ ਕੇ ਚਾਹ ਹੈ? ਬਿਨਾਂ ਚੀਨੀ ਕੀ ਹੈ? ਚੰਗੀ ਚਾਹ ਮਿਲ ਜਾਵੇ ਨਜ਼ਾਰੇ। ਸੋਰੀ, ਮੈਂ ਇੱਕ ਚਾਹ ਹੋਰ ਪੀ ਰਿਹਾ। ਤੂੰ ਕੀ ਕਹਾਣੀ ਸੁਣਾ ਰਿਹਾ? ਚਾਹ ਚੂਹ ਪੀ ਲਈ ਆ ਜੀ ਆਪਾਂ। ਆਹ ਬੜੇ ਚਿਰਾਂ ਬਾਅਦ ਸ਼ਬਦ ਆਇਆ ਚਾਹ ਚੂਹ। ਮੈਂ ਜ਼ਿਆਦਾਤਰ ਹਿੰਦੀ ਹੀ ਬੋਲਦਾ ਸੀਗਾ, ਅਤੇ ਬਾਹਰ ਆ ਕੇ ਮਤਲਬ ਜਿਹੜੇ ਘਰ ਹੋਣਾ ਉਦੋਂ ਪੰਜਾਬੀ ਬੋਲਦਾ ਸੀਗਾ। ਅਤੇ ਕਿਆ ਵਰਡ ਨਿਕਲਿਆ ਜੀ, ਚਾਹ ਚੂਹ। ਤਾਂ ਚਾਹ ਚੂਹ ਪੀ ਲਈ ਆ ਜੀ ਆਪਾਂ। ਹੁਣ ਚਾਲੇ ਪਾਤੇ ਅਸੀਂ ਕਿ ਮਹਾਰਾਸ਼ਟਰ ਦੇ ਪਿੰਡ ਵੱਲ ਨੂੰ, ਦੇਖਦੇ ਹਾਂ ਪਿੰਡ 'ਚ ਜਾ ਕੇ ਕਿਹੋ ਜਿਹਾ ਮਾਹੌਲ ਆ ਅਤੇ ਕਿਹੋ ਜਿਹੀ ਉਹਨਾਂ ਦੀ ਚਾਲ ਆ। ਅਤੇ ਬਣੇ ਰਹੋ ਤੁਸੀਂ ਵਲੌਗ ਦੇ ਨਾਲ, ਵਿਹਦੇ ਰਹੋ ਸਾਡੀ ਦਿਨਚਰਿਆ। ਮੈਂ ਐਕਚੁਲੀ ਦਿਨਚਰਿਆ ਹੀ ਵਿਖਾ ਰਿਹਾ ਵਾਂ, ਕੋਈ ਸਪੈਸ਼ਲ ਕਿਸੇ ਨੂੰ ਘੁਮਾ ਨਹੀਂ ਰਿਹਾ, ਨਾ ਕਿਸੇ ਚੀਜ਼ ਦੀ ਜਾਣਕਾਰੀ ਦੇ ਰਿਹਾ, ਵੀ ਆਪਣੀ ਲਾਈਫ ਦੱਸ ਰਿਹਾ ਵੀ ਇਸ ਤਰ੍ਹਾਂ ਘੁੰਮਦੇ ਰਹੀਦਾ। ਅਤੇ ਕਿਸੇ ਵੇਲੇ ਤਾਂ ਅਸੀਂ ਰਾਜੇ ਹੁੰਦੇ, ਛੱਪਣ ਭੋਗ ਖਾ ਲਈਦੇ ਆ, ਕਿਸੇ ਵੇਲੇ ਰੋਟੀ ਵੀ ਨਹੀਂ ਮਿਲਦੀ ਗਰੀਬਾਂ ਨੂੰ, ਖੇਤਾਂ 'ਚ ਧੱਕੇ ਧੁੱਕੇ ਖਾ ਲਈਦੇ ਆ, ਮਤਲਬ ਕੰਮ ਕਈ ਤਰ੍ਹਾਂ ਦੇ ਕਰਦੇ ਹਾਂ। ਇਸ ਟਾਈਮ ਫਿਲਹਾਲ ਮੇਰਾ ਜਿਹੜਾ ਖੇਤਾਂ ਵਾਲਾ ਕੰਮ ਚੱਲਦਾ ਪਿਆ। ਕਿਸੇ ਟਾਈਮ ਹੁੰਦੇ ਅਸੀਂ ਰਾਜੇ, ਅਤੇ ਕਿਸੇ ਟਾਈਮ ਫਕੀਰ। ਫਕੀਰ ਭਈਆ ਫੱਕਰ ਹੋ ਜਾਂਦਾ ਮੈਂ ਕਹਿਣਾ ਅੰਦਰਲੀ ਭਈਆ ਲਗਾਓ ਫੋਨ ਉਸਕੋ ਆ ਗਏ ਬੋਲਣਾ ਪਹੁੰਚ ਗਏ। ਹਾਂ ਬੜੀ ਜਲਦੀ ਪਹੁੰਚ ਗਏ। ਹਾਂ ਹੋ ਗਈ ਸ਼ੂਟਿੰਗ। ਹੋ ਗਈ ਜੀ। ਅੱਜ ਠੰਡਾ ਹੈ ਮੌਸਮ ਨਾ? ਹਾਂ ਅੱਜ ਬਹੁਤ ਹੀ ਠੰਡਾ ਹੈ ਮੌਸਮ। ਪੂਰੇ 45 ਡਿਗਰੀ ਟੈਂਪਰੇਚਰ ਹੈ। ਇਤਨਾ ਪੂਰੇ 45? ਤੇਰੀ ਆਗੇ ਕੋ ਬੰਦ ਹੋ ਰਹੀ ਹੈ, ਮੇਰੇ ਸਿਰ 'ਤੇ ਚੜ ਗਈ ਧੁੱਪ। ਬੁਰੇ ਹਾਲ ਹੈ ਯਾਰ, ਕਿਸੇ ਬਚੇਗੇ ਅੱਜ? ਮਤਲਬ ਸ਼ਿਖਰ ਦੁਪਹਿਰਾ ਯਾਰ, ਇੱਥੇ ਬਹੁਤਾ ਹੀ ਬੁਰਾ ਹਾਲ ਆ। ਕੱਲ੍ਹ ਵੀ ਬਹੁਤ ਬੁਰਾ ਹਾਲ ਸੀ, ਅੱਜ ਵੀ ਬਹੁਤ ਬੁਰਾ ਹਾਲ ਆ। ਮਤਲਬ ਬਹੁਤ ਟਾਈਮ ਬਾਅਦ ਪੰਜਾਬ 'ਚ ਵੀ ਬਹੁਤ ਧੁੱਪ ਆ। ਮੈਂ ਪੰਜਾਬ 'ਚ ਵੀ ਕੰਮ ਕਰਦਾ ਰਿਹਾ ਵਾਂ, ਮਤਲਬ ਟੀ ਵੀ ਪੰਜਾਬੀ ਵਾਸਤੇ, ਇੱਕ ਪੰਜਾਬੀ ਟੀ ਵੀ ਚੈਨਲ ਵਾਸਤੇ ਕੰਮ ਕਰਦਾ ਸੀ, ਤਾਂ ਉਹ ਪਿੰਡ ਦੀਆਂ ਗਲੀਆਂ ਪ੍ਰੋਗਰਾਮ ਹੁੰਦਾ ਸੀਗਾ, ਅਤੇ ਪਿੰਡਾਂ 'ਚ ਰਹੀਦਾ ਸੀ ਜੂਨ ਜੁਲਾਈ ਦੇ ਵੀ ਮਹੀਨੇ। ਪਰ ਇਹ ਜੂਨ ਜੁਲਾਈ ਨਹੀਂ, ਇਹ ਅਪ੍ਰੈਲ ਦਾ ਮਹੀਨਾ, ਲੇਕਿਨ ਜੂਨ ਜੁਲਾਈ ਤੋਂ ਵੀ ਵੱਧ ਗਰਮੀ ਹੈ। ਬਹੁਤ ਬੁਰੇ ਹਾਲ ਹੈ, ਬਹੁਤੇ ਬੁਰੇ ਹਾਲ ਹੈ। ਚਲੋ ਇੱਥੋਂ ਚੱਲਦੇ ਗੇ ਛਾਂ ਵਾਲੇ ਪਾਸੇ। ਇੱਥੇ ਲੈ ਜਾ ਰਹੀ ਜੀ ਪੱਖੇ ਦੇ ਪੂਰੇ ਪੂਰੇ ਨਜ਼ਾਰੇ। ਆਹ ਵੇਖੋ ਸੁੱਤਾ, ਅਤੇ ਮੈਂ ਬੜਾ ਜ਼ੋਰ ਦੀ ਬੋਲਦਾ ਮੈਂ, ਪਰ ਇਸ ਬੰਦੇ ਦੇ ਕੰਨ 'ਤੇ ਜੂ ਨਹੀਂ ਸਰਕਦੀ। ਨੀਂਦ ਪੂਰੀ ਹੋ ਗਈ ਹੈ ਬਈ? ਕਰੋ ਸ਼ੂਟਿੰਗ ਕਰ ਲੈ ਕਰੇ। ਚਲੋ ਅਸੀਂ ਬਾਈਕ ਹਾਇਰ ਕੀਤੀ ਆ, ਨਹੀਂ ਹਾਇਰ ਨਹੀਂ ਕੀਤੀ, ਆਪਾਂ ਕਿਸੇ ਦੀ ਬਾਈਕ ਖੋਲੀ ਆ, ਇਹ ਵੀ ਨਹੀਂ ਕਹਿ ਸਕਦੇ। ਮਤਲਬ ਬਾਈਕ ਹੈਗੀ ਆ ਸਾਡੇ ਕੋਲ ਕੁੱਲ ਮਿਲਾ ਕੇ, ਅਤੇ ਅਸੀਂ ਬਾਈਕ ਦਾ ਨਜ਼ਾਰਾ ਲੈ ਰਹੇ ਪਿੰਡ ਦੇ ਵਿੱਚ, ਮਹਾਰਾਸ਼ਟਰ ਦੇ ਪਿੰਡ ਦਾ ਨਾਂ ਪਤਾ ਨਹੀਂ ਕੀ ਆ, ਅਸੀਂ ਵੜ ਜਾਂਦੇ ਜਿਹੜੇ ਮਰਜ਼ੀ ਪਿੰਡ 'ਚ, ਨਾਂ ਨੂੰ ਸਾਨੂੰ ਘੱਟ ਹੀ ਪਤਾ ਹੁੰਦਾ। ਤੁਸੀਂ ਵੀ ਕੀ ਪਚੋਰਾ ਚੋਰਾ ਦੇ ਸ਼ਹਿਰ ਹੀ ਆ, ਅਤੇ ਉਹ ਕਿਸੋਰ ਵੀ ਹੈ ਚੋਰਾ ਗਾਓ ਜਟਗਾਓ ਜਿਲ੍ਹਾ ਜਲਗਾਓਂ। ਅੱਛਾ, ਜਿਲ੍ਹਾ ਜਟਗਾਓਂ। ਇਹ ਪਿੰਡ ਦਾ ਨਾਂ ਜੀ ਜਟਗਾਓਂ,
ਤੇ ਮਹਾਰਾਸ਼ਟਰ ਦਾ ਪਿੰਡ ਆ ਤੇ ਅਸੀਂ ਬਾਈਕ ਤੇ ਲੈ ਰਹੇ ਨਜ਼ਾਰੇ ਮੈਂ ਤੇ ਕਪਿਲ ਕਪਿਲ ਕਹਿੰਦਾ ਰੁਕ ਜਾਤੇ ਹੈ ਉਹ ਮੌਸੀ ਕੋ ਆਨੇ ਤੋ ਵਹੀ ਬਤਾਏਗੀ ਮੈਨੂੰ ਤਾਂ ਖੇਤ ਕਿੱਧਰ ਇੱਧਰ ਇੱਧਰ ਆਏ ਸ਼ਾਇਦ ਅਸੀਂ ਭੁੱਲ ਗਏ ਹਾਂ ਜੀ ਰਾਹ ਅਸੀਂ ਜਾਣਾ ਕਿੱਥੇ ਆ ਦੱਸਦੇ ਹਾਂ ਤੁਹਾਨੂੰ ਕਿੱਥੇ ਜਾਣਾ ਹੁਣੇ ਜਾਵਾਂਗੇ ਥੋੜ੍ਹੀ ਦੇਰ ਅਸੀਂ ਅੰਦਾਜ਼ੇ ਨਾਲ ਹੀ ਇੱਕ ਮਿੰਟ ਗੱਡੀ ਆ ਇੱਧਰ ਹੀ ਠੀਕ ਹੈ ਜੀ ਚਲੋ ਅਤੇ ਸਾਨੂੰ ਰਾਹ ਲੱਗ ਗਿਆ ਜੀ ਪਤਾ ਅਸੀਂ ਜਾਣਾ ਕਿੱਧਰ ਨੂੰ ਆ ਅੰਦਾਜ਼ਾ ਵੀ ਸਾਡਾ ਸਹੀ ਸੀ ਕਿ ਆਪਾਂ ਜਾਣਾ ਇਹਨੂੰ ਆ ਬਸ ਨਜ਼ਾਰੇ ਲੈ ਰਹੇ ਹਾਂ ਬਾਈਕ 'ਤੇ ਵਿੱਚ ਵਿੱਚ ਨਜ਼ਾਰੇ ਵੀ ਲਈਦੇ ਆ ਲੋਕ ਨਾਲ ਜੁੜੇ ਰਹੇ ਆਵਾਜ਼ ਪਤਾ ਨਹੀਂ ਸਹੀ ਆਉਂਦੀ ਹੋਣੀ ਕਿ ਪਤਾ ਨਹੀਂ ਉਹ ਆਵਾਜ਼ ਫੜਫੜ ਵੀ ਆ ਸਕਦੀ ਕੋਈ ਆਵਾਜ਼ ਅਰੇ ਪਹੁੰਚ ਗਏ ਇਹ ਤਾਂ ਬਾਜੂ ਮੇਂ ਤਾਂ ਪਹੁੰਚ ਗਏ ਜੀ ਆਪਾਂ ਸਾਰੇ ਆ ਗਏ ਨਹੀਂ ਅਪ ਕਰ ਦਿਆ ਮੈਂ ਹਾਂਜੀ ਮੈਂ ਕਿਹਾ ਮੈਂ ਵੀ ਮੋਟਰਸਾਈਕਲ ਚਲਾ ਲਵਾਂ ਮਹਾਰਾਸ਼ਟਰ ਦੇ ਪਿੰਡ 'ਚ ਅਤੇ ਮਹਾਰਾਸ਼ਟਰ ਦੀ ਬਾਈਕ ਆ ਅਤੇ ਪਹਿਲੇ ਕਪਿਲ ਨੇ ਨਜ਼ਾਰੇ ਲੈ ਲਏ ਮੈਂ ਕਿਹਾ ਮੈਂ ਪਿੱਛੇ ਰਹਿ ਲਵਾਂ ਚੱਲਣ ਦੇ ਜਦੋਂ ਕਿਹਾ ਤੁਸੀਂ ਕੰਨ ਦੇ ਫੋਨ ਲਗਾ ਕੇ ਫੋਨ ਨਾ ਕੇ ਲਗਾ ਦੇ ਚੱਕਰ ਨਹੀਂ ਥਾ ਇਸ ਕੋ ਹਾਂ ਲਓ ਜੀ ਮਹਾਰਾਸ਼ਟਰ ਦੇ ਪਿੰਡ ਦੀ ਸ਼ਾਮ ਹੈ ਆਹ ਜੀ ਮੁਰਗੇ ਅਤੇ ਮੁਰਗੀਆਂ ਕੁੱਕੜੀਆਂ ਮਤਲਬ ਆਹ ਜੀ ਚੂਚੇ ਵੇਖੋ ਕੈਂ ਖਿਲ ਰਹੇ ਪਏ ਇਹਨਾਂ ਦੇ ਬਹੁਤੇ ਜ਼ਿਆਦਾ ਨਿੱਕੇ ਨਿੱਕੇ ਚੂਚੇ ਬਹੁਤ ਪਿਆਰੇ ਲੱਗਦੇ ਆਹ ਜਿਹੜਾ ਕੁੱਕੜ ਹੈ ਨਾ ਇਹ ਮੈਨੂੰ ਖਤਰਨਾਕ ਜਿਹਾ ਲੱਗਦਾ ਥੋੜ੍ਹਾ ਜਿਹਾ ਕੋਕੋ ਮੁਰਗੀਆਂ ਬਹੁਤ ਪਿਆਰੀਆਂ ਲਓ ਜੀ ਕਰਦੇ ਕਰਦੇ ਹਨੇਰਾ ਹੋ ਗਿਆ ਸ਼ਾਮ ਪੈ ਗਈ ਹੈ ਸ਼ਾਮ ਦੇ ਵੱਜ ਗਏ ਹੈ ਜੀ 7 ਅਤੇ ਹੁਣ ਅਸੀਂ ਜਾ ਰਹੇ ਹਾਂ ਹੋਟਲ ਵੱਲ ਨੂੰ ਹਨੇਰੇ 'ਚ ਆਪਾਂ ਸ਼ੂਟਿੰਗ ਕਰਦੇ ਨਹੀਂ ਅਤੇ ਹੋਟਲ ਚੱਲਦੇ ਹਾਂ ਬਸ ਬਾਕੀ ਗੱਲਾਂ ਹੋਟਲ ਪਹੁੰਚ ਕੇ ਕਰਦੇ ਹਾਂ ਅਤੇ ਹੋਟਲ ਆ ਗਿਆ ਜੀ ਆਪਣਾ ਨਿਰਮਲ ਰੈਜੀਡੈਂਸੀ ਅਤੇ ਪਹੁੰਚ ਗਏ ਆਪਾਂ ਹੋਟਲ ਬਸ ਕੀ ਕਹਾਂ ਮੈਨੂੰ ਤਾਂ ਗੱਲਾਂ ਵੀ ਨਹੀਂ ਆਉਂਦੀਆਂ ਬਾਲੀਆਂ ਬਸ ਪਹੁੰਚ ਗਏ ਹਾਂ ਅਤੇ